ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਚੋਣ ਸਭਾ ਦੌਰਾਨ ਅਨਿਲ ਜੋਸ਼ੀ ਹਰਾਂ ਨੂੰ ਕਾਲਾ ਬਾਹਮਣ ਕਹਿ ਕੇ ਇੱਕ ਵਿਵਾਦਿਤ ਟਿੱਪਣੀ ਕੀਤੀ ਗਈ ਜਿਸ ਦਾ ਹੁਣ ਤੱਕ ਵੱਖ-ਵੱਖ ਸਿਆਸੀ ਆਗੂਆਂ ਕੋਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਸੀ ਪਰ ਹੁਣ ਸਿਆਸੀ ਆਗੂ ਉਹਦੇ ਨਾਲ-ਨਾਲ ਸੂਬੇ ਪਰਦੇ ਬ੍ਰਾਹਮਣ ਸਮਾਜ ਵੱਲੋਂ ਵੀ ਇੱਕ ਤਿੱਖਾ ਵਿਰੋਧ ਕੀਤਾ ਜਾ ਰਿਹਾ ਇਸ ਵਾਰ ਦੀ ਟਿੱਪਣੀ ਦੀ ਨਿੰਦਾ ਕੀਤੀ ਜਾ ਰਹੀ ਹੈ ਤਾਂ ਅੱਜ ਇੱਕ ਖਾਸ ਕਾਨਫਰੰਸ ਕੀਤੀ ਗਈ ਹੈ ਬ੍ਰਾਹਮਣ ਸਮਾਜ ਵੱਲੋਂ ਜਿਨ੍ਹਾਂ ਦੇ ਮਾਝਾ ਜ਼ੋਨ ਦੇ ਪ੍ਰਧਾਨ ਜੀਵ ਜੋਸ਼ੀ ਸੈਡਮ ਮੌਜੂਦ ਨੇ ਜੋਸ਼ੀ ਸਭ ਤੋਂ ਪਹਿਲਾਂ ਅੱਜ ਦੀ ਇਸ ਪ੍ਰੈਸ ਕਾਨਫਰੰ ਪ੍ਰੈਸ ਕਾਨਫਰੰਸ ਦਾ ਅਜੰਡਾ ਇਹੀ ਹੈ ਜੀ ਤੁਸੀਂ ਕੱਲ ਸਾਰੇ ਲੋਕਾਂ ਨੇ ਦੇਖਿਆ ਹੋਣਾ ਪੂਰੇ ਪੰਜਾਬ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਨਵਜੋਤ ਸਿੰਘ ਸਿੱਧੂ ਕਾਂਗਰਸ ਪ੍ਰਧਾਨ ਪੰਜਾਬ ਨੇ ਬਹੁਤ ਅਬਧਰ ਟਿੱਪਣੀਆਂ ਕੀਤੀਆਂ ਨੇ ਬ੍ਰਾਹਮਣਾਂ ਬਾਰੇ ਅਨਿਲ ਜੋਸ਼ੀ ਬਾਰੇ ਉਹਨੂੰ ਇੱਕ ਕਾਲਾ ਬ੍ਰਾਹਮਣ ਕਹਿ ਕੇ ਇਹਨਾਂ ਨੇ ਬੁਲਾਇਆ ਤੇ ਇਹ ਤੇ ਸ਼ਾਇਦ ਉਹ ਬੰਦਾ ਕਰ ਸਕਦਾ ਵੀ ਜੇ ਕੋਈ ਰਿਸ਼ਤਾ ਰਿਸ਼ਤਾ ਕਿਸੇ ਲਈ ਲੱਭਦਾ ਹੋਵੇ ਤਾਂ ਕਿਸੇ ਨੂੰ ਕਹੇ ਵੀ ਕਾਲਾ ਜਾਂ ਚਿੱਟਾ ਹੈ ਤੇ ਇਹ 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 ਬੰਦੇ ਦੀ ਕਾਬਲੀਅਤ ਕੀ ਹੈ ਕੀ ਨਹੀਂ ਹੈ ਇਹ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਤੁਸੀਂ ਜੋ ਮਰਜੀ ਜਿੰਨੂੰ ਮਰਜੀ ਬੋਲੀ ਜਾਂਦੇ ਨੇ ਕਦੀ ਗੁੱਗਾ ਵੀਰ ਨੂੰ ਬੋਲੀ ਜਾਂਦੇ ਨੇ ਉਹਨਾਂ ਦੀ ਜਿਹੜੀ ਸ਼ਬਦਾਵਲੀ ਹੈ ਨਾ ਜੀ ਉਹ ਬਹੁਤ ਗੰਦੀ ਹੋ ਗਈ ਔਰ ਉਹ ਪੰਜਾਬੀ ਚ ਕਹਿੰਦੇ ਹੁੰਦੇ ਆ ਜਿਹੜੀ ਬੋਲੀ ਹੈ ਨਾ ਜੀ ਇਹ ਜ਼ੁਬਾਨ ਹੀ ਬੰਦੇ ਨੂੰ ਫੁੱਲ ਪਾਉਂਦੀ ਹੈ ਤੇ ਜ਼ੁਬਾਨ ਹੀ ਜਿਹੜੀ ਬੰਦੇ ਨੂੰ ਛੇਤਰ ਪਾਉਂਦੀ ਹੈ ਤੇ ਜਿਹੜੇ ਜਿਹੜੇ ਕੰਮ ਕਰ ਰਹੇ ਦੂਜੇ ਪਾਸੇ ਵਾਲੇ ਕੰਮ ਕਰ ਰਹੇ ਨੇ ਇਹ ਪੰਜਾਬ ਬ੍ਰਾਹਮਣ ਸਭਾ ਜਿਹੜੀ ਹੈ ਪੂਰੇ ਪੰਜਾਬ 'ਚ ਇਹਨਾਂ ਦਾ ਇਸੇ ਗੱਲ ਕਰਕੇ ਬਾਇਕਾਟ ਕਰ ਰਹੀ ਹੈ ਕਿ ਇਹਨਾਂ ਨੂੰ ਬੋਲਣ ਦਾ ਪਤਾ ਨਹੀਂ ਆ ਇਹ ਕਿਦਾਂ ਇਹ ਗਲਤ ਮਲਤ ਬੋਲਦੇ ਨੇ ਇਹ ਪਿਛਲੀ ਵਾਰ ਜਿਹੜੀ ਇਹਨਾਂ ਦੀ ਸਰਕਾਰ ਬਣੀ ਹੈ ਉਹ ਵੀ ਇਹ ਜੇ ਇਹ ਪੁਲਿਖੇ ਦੇ ਵਿੱਚ ਨੇ ਉਹ ਬ੍ਰਾਹਮਣਾ ਕਰਕੇ ਹੀ ਬਣੀ ਕਿਉਂਕਿ ਉਦੋਂ ਵੀ ਇਹਨਾਂ ਨੂੰ 50 ਸੀਟਾਂ ਦੀ ਆਸ ਵੇਦ ਨਹੀਂ ਸੀ ਤੇ ਸਾਡੇ ਪੰਜਾਬ ਪ੍ਰਧਾਨ ਨੇ ਕਿਹਾ ਜੀ ਚਲੋ ਅਸੀਂ ਸਪੋਰਟ ਕਰਦੇ ਹਾਂ ਜੇ ਤੁਸੀਂ ਸਾਡੀਆਂ ਜਿਹੜੀਆਂ ਕੋਈ ਪ੍ਰੋਬਲਮਸ ਆ ਉਹਨਾਂ ਨੂੰ ਹੱਲ ਕਰੋਗੇ ਤੇ ਉਹ ਇਹਨਾਂ ਨੇ ਪ੍ਰੋਮਿਸ ਕੀਤਾ ਔਰ ਅੱਜ ਦੇ ਇਸ ਬਾਇਕਾਟ ਤੋਂ ਪਹਿਲਾਂ ਬ੍ਰਾਹਮਣ ਸਭਾ ਨੂੰ ਰੋਸਿੰਗ ਸਿੱਧੂ ਦੀ ਇਹ ਕਾਂਗਰਸ ਪਾਰਟੀ ਸਪੋਰਟ ਕਰ ਰਹੀ ਸੀ ਅ కాంగ్రెస్ పార్టీది ਔਰ ਤਾਂ ਇਹਨਾਂ ਨੇ 50 ਜਿਹੜੀਆਂ 50 ਨਹੀਂ ਸੀ ਆਉਣੀਆਂ 77 ਸੀਟਾਂ ਆ ਗਈਆਂ ਉਹ ਬ੍ਰਾਹਮਣਾਂ ਦੇ ਕਰਕੇ ਹੀ ਆ ਗਈਆਂ ਕਿਉਂਕਿ ਪੂਰੇ ਇੱਕ ਝੁੱਟ ਹੋ ਗਏ ਸੀ ਬ੍ਰਾਹਮਣਾਂ ਦੀ ਉਹ ਪਿਛਲੇ ਇਲੈਕਸ਼ਨ ਚ ਇਹਨਾਂ ਨੂੰ ਵੋਟਾਂ ਪਾਈਆਂ ਲੇਕਿਨ ਇਹਨਾਂ ਨੇ ਉਹਦੀ ਕੋਈ ਕਦਰ ਨਹੀਂ ਕੀਤੀ 12 ਵਾਰੀ ਮੀਟਿੰਗਾਂ ਲਈ ਟਾਈਮ ਦਿੱਤਾ ਗਿਆ ਕੈਪਟਨ ਬਰਿੰਦਰ ਸਿੰਘ ਉਹਨੇ ਤੇ ਉਹ ਕੈਨਸਲ ਹੋ ਗਿਆ ਸਾਢੇ 4 ਸਾਲ ਚ ਕੋਈ ਮੀਟਿੰਗ ਨਹੀਂ ਹੋਈ ਕੋਈ ਕੰਮ ਨਹੀਂ ਇਹਨਾਂ ਨੇ ਕੀਤਾ ਨਾ ਤੇ ਲੋਕਾਂ ਦੇ ਕੰਮ ਕੀਤੇ ਤੇ ਨਾ ਕੋਈ ਸਾਡਾ ਸਭਾ ਆਉਂਦੀ ਅਸੀਂ ਕੋਈ ਆਪਣੇ ਲਈ ਗਰੀਬ ਲੋਕਾਂ ਲਈ ਕਈ ਚੀਜ਼ਾਂ ਇਹਨਾਂ ਨੂੰ ਕਹੀਆਂ ਸੀ ਪਰ ਉਹਦੇ ਚ ਕੁਝ ਵੀ ਇਹਨਾਂ ਨੇ ਇੱਕ ਵੀ ਕੰਮ ਨਹੀਂ ਕੀਤਾ ਇਹ ਜਿਹੜੀ ਵਰੇ ਗੱਲਾਂ ਕਰਦੇ ਆ ਕੁਛ ਵੀ ਆ ਇਹ 5 ਸਾਲ ਤਏ ਇਹੀ ਸੀ ਸਰਕਾਰ ਦੇ ਵਿੱਚ ਨਾ ਕੋਈ ਹੋਰ ਤੇ ਬੰਦਾ ਨਹੀਂ ਸੀ ਉਦੋਂ ਕਿਉਂ ਨਹੀਂ ਕੰਮ ਕੀਤੇ ਇਹਨਾਂ ਨੇ ਜੀ ਜਿਹੜੇ ਅੱਜ ਮਾਡਲ ਨੇ ਬਣਾਈ ਫਿਰਦੇ ਜੀ ਇਹ ਪੰਜਾਬ ਮਾਡਲ ਅਸੀਂ ਲੈ ਕੇ ਆਉਣਾ ਜੀ ਫਲਾਣਾ ਮਾਡਲ ਕੋਈ ਕਹਦਾ ਮੈਂ ਦਿੱਲੀ ਮਾਡਲ ਲੈ ਕੇ ਆਉਣਾ ਉਹ ਇਹ ਮਾਡਲ ਪਿਛਲੇ 5 ਸਾਲਾਂ ਚ ਕਿੱਥੇ ਚਲੇ ਗਏ ਸੀਗੇ ਕਿਉਂ ਨਹੀਂ ਲਾਗੂ ਕੀਤੇ ਕੌਣ ਰੋਕਦਾ ਸੀ ਤੁਹਾਨੂੰ ਹਾਂਜੀ ਸਰਕਾਰ ਵੀ ਤੁਹਾਡੀ ਪੁਲਿਸ ਵੀ ਤੁਹਾਡੀ ਸਾਰਾ ਕੁਝ ਤੁਹਾਡਾ ਕਿਉਂ ਨਹੀਂ ਕੀਤਾ ਕੰਮ ਤੁਸੀਂ ਹੁਣ ਜਿਹੜੀਆਂ ਬਣਿਆ ਲਾਸ ਤੇ ਆ ਗਈ ਹੈ ਇਲੈਕਸ਼ਨ ਤੇ ਹੁਣ ਬਣੇ ਪਾਰਕ ਬਣਾ ਬਣਾ ਕੇ ਢਾ ਕੇ ਤੇ ਬਣਾਈ ਜਾਂਦੇ ਆ ਪੀ ਜਿਹੜਾ ਬਜਟ ਜਾਣ ਵਾਲਾ ਉਹ ਤੇ ਕਾਦੀ ਇਮਾਨਦਾਰੀ ਹੈ ਜੀ ਇਹ ਸਿਰਫ ਮਖੌਟਾ ਹੀ ਹੈ ਇਮਾਨਦਾਰੀ ਦਾ ਕੋਈ ਇਮਾਨਦਾਰੀ ਨਹੀਂ ਹੈਗੀ ਜੋ ਸਿੰਘ ਸਿੱਧੂ ਹਰਾ ਦੀ ਗੱਲ ਕਰੀਏ ਤੇ ਇੱਕ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੇ ਪਰ ਅਕਸਰ ਹੀ ਘਰ ਦੇ ਵਿੱਚ ਆਏ ਸ਼ਿਵਲਿੰਗ ਹੈ ਮੰਦਿਰ ਵੀ ਬਣਾਇਆ ਹੈ ਪ੍ਰਕਾਸ਼ ਵੀ ਕੀਤਾ ਹੈ ਵੈਸ਼ਨੂ ਦੇਵੀ ਦੇ ਦਰਸ਼ਨਾਂ ਲਈ ਵੀ ਜਾਂਦੇ ਹੈ ਤੇ ਅਕਸਰ ਹੀ ਮਤਲਬ Hindu ਧਰਮ ਦੇ ਵਿੱਚ ਆਸਤਾ ਜਿਹੜੀ ਹੈ ਉਹਨਾਂ ਦੀ ਜ਼ਾਹਿਰ ਹੁੰਦੀ ਹੈ ਤਾਂ ਅਜਿਹੇ ਚ ਦੰਮ ਸਮਾਜ ਦੇ ਖਿਲਾਫ ਨਰਾਦਰ ਕਰਨ ਵਾਲਾ ਬਿਆਨ ਦੇਣਾ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਮੈਂ ਤਾਂ ਸਭ ਮੇਰਾ ਇੱਕ ਆਪਣਾ ਪਰਸਨਲ ਇਹ ਵਿਸ਼ਵਾਸ ਹੈ ਕਿ ਹਰ ਜਿਹੜਾ ਇਨਸਾਨ ਆ ਉਹਦੇ ਅੰਦਰ ਰੱਬ ਵੱਸਦਾ ਹੈ ਉਹਦਾ ਰੱਬ ਦਾ ਹੰਸ਼ ਹੀ ਹੈ ਹਰ ਇਨਸਾਨ ਦੇ ਵਿੱਚ ਤੇ ਜੇ ਅਸੀਂ ਇਨਸਾਨ ਦੀ ਇੱਜ਼ਤ ਨਹੀਂ ਕਰ ਸਕਦੇ ਉਹਨੂੰ ਉਹਦਾ ਮਾਨ ਸਤਕਾਰ ਨਹੀਂ ਕਰ ਸਕਦੇ ਤੇ ਫਿਰ ਸਾਡੇ ਘਰ ਭਾਵੇਂ ਅਸੀਂ ਉਹ ਸ਼ਿਵਲਿੰਗ ਸਥਾਪਿਤ ਕੀਤਾ ਹੋਵੇ ਤੇ ਭਾਵੇਂ ਜਿੰਨੀਆਂ ਮੂਰਤੀ ਲਾਈਆਂ ਹੋਵੇ ਤੇ ਭਾਵੇਂ ਅਸੀਂ 100 ਕੰਮ ਇਹੋ ਜੇ ਕਰਦੇ ਰਹੀਏ ਰਿਲੀਜੀਸ ਉਹਦਾ ਕੋਈ ਮੁੱਲ ਨਹੀਂ ਹੈ ਜੇ ਸਾਡੇ ਮਨ ਦੇ ਵਿੱਚ ਕਿਸੇ ਇਨਸਾਨ ਪ੍ਰਤੀ ਉਹਦਾ ਆਦਰ ਸਤਕਾਰ ਨਹੀਂ ਹੈਗਾ ਜਿਹੜਾ ਉਹਦੇ ਅੰਦਰ ਅੰਸ਼ بیٹھا ਉਹ ਵੀ ਤੇ ਭਗਵਾਨ ਦਾ ਅੰਸ਼ ਹੈ ਨਾ ਜੀ ਉਹ ਪ੍ਰਭੂ ਦਾ ਅੰਸ਼ ਹੈ ਤੇ ਜੇ ਉਹਦਾ ਹੀ ਸਤਕਾਰ ਨਹੀਂ ਅਸੀਂ ਕਰਦੇ ਤੇ ਫਿਰ ਅਸੀਂ ਉਹ ਉਹ ਪੂਜਾ ਪਟਾ ਦਾ ਕੋਈ ਫਾਇਦਾ ਨਹੀਂ ਆ ਧਾਰਮਿਕ ਪਰਵ੍ਰਤੀ ਤੇ ਸ਼ੋਅ ਕਰਦੇ ਸਿੱਧੂ ਸਾਹਿਬ ਆਪਣੇ ਆਪ ਨੂੰ ਪਰ ਟਿੱਪਣੀ ਉਹਨਾਂ ਦੀ ਉਹ ਕੁਝ ਹੋਰ ਜਾ ਰਹੀ ਹੈ ਇਹ ਇਹ ਦੇਖੋ ਜੀ ਇਹ ਕਿਸੇ ਨੇ ਕਿਸੇ ਧਾਰਮਿਕ ਕੰਮਾਂ ਤੋਂ ਕੋਈ ਨਹੀਂ ਲੈਣਾ ਕਿਸੇ ਦਾ ਕਿਸਦੇ ਵਿਸ਼ਵਾਸ ਆ ਕਿਸੇ ਦਾ ਕਿਦੇ ਵਿਸ਼ਵਾਸ ਆ ਲੋਕਾਂ ਨੂੰ ਪਬਲਿਕ ਨੂੰ ਕੰਮ ਚਾਹੀਦਾ ਲੋਕਾਂ ਨੂੰ ਸ਼ਾਂਤੀ ਚਾਹੀਦੀ ਲੋਕਾਂ ਨੂੰ ਨੌਕਰੀਆਂ ਚਾਹੀਦੀਆਂ ਉਹ ਕਿਸੇ ਵੀ ਪੱਖੋਂ ਇਹ ਕਿਤੇ ਵੀ ਕਿਸੇ ਵੀ ਸਾਰੇ ਜਗ੍ਹਾ ਇਹ ਫੇਲ ਹੋ ਗਈ ਹੈ ਇਹ ਲੋਕ ਫੇਲ ਹੋ ਗਏ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਪੰਜਾਂ ਸੌ ਲੋਕ ਸਾਨੂੰ ਲੋਕਾਂ ਨੂੰ ਆਮ ਲੋਕਾਂ ਨੂੰ ਕੀ ਮਿਲਣਾ ਆਪਣੇ ਵਰਕਰਾਂ ਨੂੰ ਨਹੀਂ ਮਿਲੇ ਉਹਨਾਂ ਦਾ ਕਿਸੇ ਦਾ ਕੰਮ ਨਹੀਂ ਉਹ ਰੋਂਦੇ ਫਿਰਦੇ ਬੰਦੇ ਸਾਰੇ ਤੇ ਇਹ ਤੇ ਸਭ ਡਰਾਮੇਬਾਜ਼ੀਆਂ ਜੀ ਕਰੀਆਂ ਐ ਮੂੰਹ ਤੇ ਇਸ਼ਾਰੇ ਕਰੀ ਜਾਂਦੇ ਆ ਤੇ ਉਹ ਜਿੰਨੇ ਮਰਜ਼ੀ ਤੰਤਰ ਮੰਤਰ ਯੰਤਰ ਜਿਹੜੇ ਮਰਜ਼ੀ ਲਾ ਲਣ ਜੋ ਐਤ ਕੀ ਇਹਨਾਂ ਦੀ ਈਸਟ ਦੀ ਸਾਰੀ ਜਨਤਾ ਸਾਡੀ ਦੁਖੀ ਹੋਈ ਹੈ ਇਹਨਾਂ ਤੋਂ ਇਹ ਤੇ ਉਹ ਲੋਕੀ ਕਹਿੰਦੇ ਠੋਕੋ ਤਾਲੀ ਮੈਨੂੰ ਤਾਂ ਇਹਦੀ ਠੋਕੋ ਮੰਜੀ ਹੋ ਜਾਣੀ ਆ ਤੱਕੀ ਮੰਜੀ ਡੋਗ ਦੇਣ ਦੀ ਲੋਕਾਂ ਨੇ ਇਹ ਇਹ ਸਰਦਾਰ ਜੀ ਤਾਂ ਗਏ ਨੇ ਤੱਕੀ ਇਹ ਜੋ ਫੈਸਲਾ ਤੁਸੀਂ ਅੱਜ ਕੀਤਾ ਗਿਆ ਬਾਈਕਾਟ ਦਾ ਕਿ ਇਹ ਪੋਲਿਟিক্যাল ਬਾਈਕਾਟ ਹੈ ਸਮਾਜਿਕ ਬਾਈਕਾਟ ਹੈ ਇੱਕ ਐਡ ਆਨ ਕਰਦੇ ਆ ਕਿ ਇਹ ਸਿਰਫ ਮਾਝਾ ਜ਼ੋਨ ਦਾ ਫੈਸਲਾ ਹੈ ਜਾਂ ਪੂਰੇ ਪੰਜਾਬ ਦੀ ਬ੍ਰਾਹਮਣ ਸਭਾ ਦਾ ਫੈਸਲਾ ਇਹ ਦੇਖੋ ਜੀ ਮੈਂ ਤਾਂ ਮਾਝਾ ਜ਼ੋਨ ਦਾ ਇੰਚਾਰਜ ਹਾਂ ਲੇਕਿਨ ਇਹ ਸਾਰਾ ਜਿਹੜੀ ਵੀ ਅਸੀਂ ਪ੍ਰੈਸ ਕਾਨਫਰੈਂਸ ਕੀਤੀ ਆਪਣੇ ਪੰਜਾਬ ਪ੍ਰਧਾਨ ਦੇ ਨੌਲੇਜ ਦੇ ਵਿੱਚ ਲਿਆ ਕੇ ਗੱਲ ਕੀਤੀ ਗਈ ਹੈ ਸਾਰਾ ਕੁਝ ਔਰ ਇਹ ਜਿਹੜਾ ਬਾਈਕਾਟ ਹੈ ਇਹ ਕਲਾ ਨਵਜੋਤ ਸਿੰਘ ਸਿੱਧੂ ਦਾ ਨਹੀਂ ਕਾਂਗਰਸ ਪਾਰਟੀ ਪੂਰੀ ਕਾਂਗਰਸ ਪਾਰਟੀ ਦਾ ਅਸੀਂ ਬਾਈਕਾਟ ਕਰ ਰਹੇ ਹਾਂ ਔਰ ਨਵਜੋਤ ਸਿੰਘ ਜੀ ਨੂੰ ਤੇ ਅਸੀਂ ਕਾਲੀਆਂ ਝੰਡੀਆਂ ਨਾਲ ਇਸ ਦੇ ਵਿੱਚ ਵੈਲਕਮ ਕਰਾਂਗੇ ਕਿ ਤੂੰ ਸਾਨੂੰ ਬਹੁਤ ਇੱਜ਼ਤਮਾਨ ਦਿੱਤਾ ਤੇ ਇਹਦਾ ਤੂੰ ਹੱਕ ਦਾ ਰਿਆਂ ਉਹਨਾਂ ਨੂੰ ਉਹੀ ਹੱਕ ਹੀ ਦੇਵਾਂਗੇ ਉਹ ਪਤਾ ਲੱਗੂਗਾ ਕਿ ਇਹ ਬ੍ਰਾਹਮਣ ਕਿੱਥੇ ਖਲੋਤੇ ਨੇ ਕਰੋਗੇ ਕਿ ਸਿੱਧੂ ਸਾਹਿਬ ਨੂੰ ਆਪਣੀ ਇਸ ਟਿੱਪਣੀ ਬਾਰੇ ਮਾਫੀ ਮੰਗਣੀ ਚਾਹੀਦੀ ਨਹੀਂ ਜੀ ਸਾਨੂੰ ਉਹਦੀ ਮਾਫੀ ਦੀ ਜ਼ਰੂਰਤ ਨਹੀਂ ਉਹ ਬਦਤਮੀਜ਼ ਆਦਮੀ ਹੈ ਉਹ ਅੱਜ ਮਾਫੀ ਮੰਗ ਲੂਗਾ ਕੱਲ ਫਿਰ ਬਕਵਾਸ ਕਰੂਗਾ ਸਾਨੂੰ ਉਹਦੀ ਮਾਫੀ ਅਸੀਂ ਤਾਂ ਜਿਹੜੀ ਗਲਤੀ ਕੀਤੀ ਉਹਦੀ ਹੁਣ ਉਹਨੂੰ ਸਜ਼ਾ ਦੇਵਾਂਗੇ ਬਿਲਕੁਲ ਸਾਫ ਹੈ ਕਿ ਬ੍ਰਾਹਮਣ ਸਮਾਜ ਦਾ ਮੁਕੰਮਲ ਬਾਈਕਾਟ ਹੋਊਗਾ ਬਿਲਕੁਲ ਜੀ ਬ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਦਾ ਬਾਇਕਾਟ ਅਸੀਂ ਕਰਨ ਜਾ ਰਹੇ ਹਾਂ 100% ਬਾਇਕਾਟ ਕਰਨ ਜਾ ਰਹੇ ਹਾਂ ਔਰ ਨਵਜੋਤ ਸਿੰਘ ਸਿੱਧੂ ਦਾ ਸ਼ਾਇਦ 1000% ਹੀ ਕਰਨ ਜਾ ਰਹੇ ਕਿਉਂਕਿ ਇਹ ਬੰਦੇ ਨੂੰ ਕੱਲਾ ਬ੍ਰਾਹਮਣਾਂ ਨੇ ਸਾਰਿਆਂ ਦੀ ਬੇਇੱਜ਼ਤੀ ਕਰਦਾ ਜਿਹੜਾ ਵੱਡਾ ਛੋਟਾ ਕੋਈ ਆ ਜਾ ਇਹਨੂੰ ਬੋਲਣ ਦੀ ਬਿਲਕੁਲ ਤਮੀਜ਼ ਨਹੀਂ ਹੈ ਇਹਨੂੰ ਇਹ ਇਤਕੀਦਾ ਹਾਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਇਹਨੂੰ ਸ਼ਾਇਦ ਅਗਲੀ ਵਾਰ ਤੱਕ ਇਹਨੂੰ ਇਹ ਅਕਲ ਸਮਝ ਆ ਜਾਏ ਉਹ ਮੈਨੂੰ ਲੱਗਦਾ ਸ਼ਾਇਦ ਉਹ ਹਾਰ ਨੂੰ ਵੇਖ ਕੇ ਉਹਦਾ ਮੈਂਟਲ ਇਮ ਬੈਲੈਂਸ ਹੋ ਗਿਆ ਇਸੇ ਕਰਕੇ ਉਹ ਇਹੋ ਜਿਹੇ ਉਲਟ ਸੋਲਟ ਬਿਆਨ ਲਈ ਜਾਂਦਾ ਔਰ ਕਦੇ ਸੋਚ ਸਮਝ ਕੇ ਬੋਲਦਾ ਨਹੀਂ ਸਾਡੇ ਪੰਜਾਬੀ ਘਰ ਪਹਿਲਾਂ ਤੋਲੋ ਤੇ ਫਿਰ ਬੋਲੋ ਤੇ ਇਹ ਨਾ ਪਹਿਲਾਂ ਤੋਲਦਾ ਤੇ ਨਾ ਬਾਅਦ ਦੇ ਵਿੱਚ ਤੋਲਦਾ ਤੇ ਫਿਰ ਉਹ ਇਹਨੂੰ ਮਹਿੰਗਾ ਪੈ ਜਾਂਦਾ ਤੇ ਉਹ ਹੁਣ ਇਤਕੀ ਜੜਾ ਹੈ ਉਹ ਉਹ ਹਾਂ ਔਰ ਨਤੀਜਾ ਉਸ ਗਲਦਦਾਨ ਨੂੰ ਭੁਗਤਣਾ ਪੈਣਾ ਇਹਨੇ ਪੰਜਾਬ ਬ੍ਰਾਹਮਣ ਸਭਾ ਦੇ ਮਾਝਾ ਜ਼ੋਨ ਦੇ ਪ੍ਰਧਾਨ ਜੀ ਜੋਸ਼ੀ ਜਿਨ੍ਹਾਂ ਨੇ ਅੱਜ ਸਪਸ਼ਟ ਤੌਰ ਤੇ ਐਲਾਨ ਕੀਤਾ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਇਸ ਵਾਦੀ ਟਿੱਪਣੀ ਦੇ ਖਿਲਾਫ ਪੂਰੇ ਬ੍ਰਾਹਮਣ ਸਮਾਜ ਦੇ ਵਿੱਚ ਵੱਡਾ ਰੋਸ ਪਾਇਆ ਜਾ ਰਿਹਾ ਔਰ ਇਸ ਰੋਸ ਦੇ ਚਲਦਿਆਂ ਪੂਰੇ ਪੰਜਾਬ ਦੇ ਵਿੱਚ ਬ੍ਰਾਹਮਣ ਸੰਭਾ ਵੱਲੋਂ ਕਾਂਗਰਸ ਪਾਰਟੀ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਇਸ ਦੇ ਨਾਲ ਨਵਜੋਤ ਸਿੰਘ ਇਹਨਾਂ ਦੀ ਕਾਂਗਰਸ ਪਾਰਟੀ ਤੋਂ ਵੀ ਇਹ ਮੰਗ ਕਰਦੇ ਆ ਕਿ ਇਹਨੂੰ ਪੰਜਾਬ ਪ੍ਰਧਾਨ ਵੀ ਬਰਖਾਸਤ ਕਰ ਦਿੱਤਾ ਜਾਵੇ ਤਾਂ ਕਿ ਇਹਨੂੰ ਇਹ ਪਤਾ ਲੱਗੇ ਵੀ ਇਹ ਕੀ ਕੰਮ ਕਰ ਰਿਹਾ ਇਹਨੂੰ ਦੇਖੋ ਕਿਉਂ ਨਹੀਂ ਸੀ ਡਿਕਲੇਅਰ ਕੀਤਾ ਗਿਆ ਉਹਨਾਂ ਨੂੰ ਪਤਾ ਸੀ ਕਿ ਇਹ ਬੰਦਾ ਜਿਹੜਾ ਇੱਕ ਮੰਤਰੀ ਫੇਲ ਹੋ ਗਿਆ ਇੱਕ ਐਮਐਲਏ ਫੇਲ ਹੋ ਗਿਆ ਉਹ ਸੀਐਮ ਕਾਮਯਾਬ ਨਹੀਂ ਹੋ ਸਕਦਾ ਕਿਉਂਕਿ ਉਹ ਪਬਲਿਕ ਲਾਈਫ ਲਈ ਫਿੱਟ ਬੰਦਾ ਹੀ ਨਹੀਂ ਹੈ ਉਹ ਲੀਡਰਸ਼ਿਪ ਲਈ ਫਿੱਟ ਹੀ ਨਹੀਂ ਹੈ ਲੀਡਰ ਤੇ ਸਾਰੇ ਲੋਕਾਂ ਨੂੰ ਲੈ ਕੇ ਚੱਲਦੇ ਨਾਲ ਉਹਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਦੇ ਨੇ ਉਹਨਾਂ ਦੀ ਪ੍ਰੋਬਲ ਇਹ ਲੀਡਰ ਕੋਣ ਲੀਡਰ ਤੇ ਸਾਡੇ ਚੋਂ ਚੁਣ ਕੇ ਜਾਂਦੇ ਅਸੀਂ ਇਹਨਾਂ ਨੂੰ ਆਪਣੇ ਨੁਮਾਇੰਦੇ ਬਣਾਉਣਾ ਹੈ ਕਿ ਸਾਡੀਆਂ ਜਿਹੜੀਆਂ ਮੁਸ਼ਕਲਾਂ ਆ ਉਹ ਅੱਗੇ ਜਾ ਕੇ ਜੋ ਵੀ ਕਾਨੂੰਨੀ ਪੱਖੋਂ ਉਹਨਾਂ ਨੂੰ ਉਹਨਾਂ ਨੂੰ ਹੱਲ ਕਰਾਓ ਤੇ ਜਿਨ੍ਹਾਂ ਨੇ ਆਉਣਾ ਹੀ ਨਹੀਂ ਲੋਕਾਂ ਕੋਲ ਲੋਕਾਂ ਦੇ ਮਸਲੇ ਹੱਲ ਨਹੀਂ ਕਰਨੇ ਆ ਆਪਣੇ ਹੀ ਕੰਮ ਕਰਦੇ ਹੋ ਕਿ ਪ੍ਰਧਾਨਗੀ ਤੇ ਉਹਦੇ ਤੋਂ ਵੀ ਲੈ ਬਿਲਕੁਲ ਜੀ ਅਸੀਂ ਇਹ ਮੰਗ ਕਰਦੇ ਹਾਂ 100% ਕਾਂਗਰਸ ਦੀ ਜਿਹੜੀ ਹਾਈ ਕਮਾਂਡ ਇਹਨ ਕਿ ਇਹਨੂੰ ਬੰਦੇ ਨੂੰ ਪੰਜਾਬ ਪ੍ਰਧਾਨਗੀ ਤੋਂ ਬਰਖਾਸਤ ਕੀਤਾ ਜਾਵੇ ਤੇ ਇਹਦੀ ਐਮਐਲਏ ਦੀ ਟਿਕਟ ਵੀ ਜਿਹੜੀ ਉਹ ਕੈਨਸਲ ਕਰ ਦਿੱਤੀ ਜਾਵੇ। ਤੇ ਇਹਨੇ ਬ੍ਰਹਮਣ ਸਭਾ ਪੰਜਾਬ ਦੇ ਮਾਝਾ ਜ਼ੋਨ ਦੇ ਪ੍ਰਧਾਨ ਰਜੀਵ ਜੋਸ਼ੀ ਜਿਨ੍ਹਾਂ ਨੇ ਬ੍ਰਹਮਣ ਸਮਾਜ ਵੱਲੋਂ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਹੈ ਜੋ ਵਿਵਾਦਿਤ ਟਿੱਪਣੀ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੀ ਗਈ ਉਸ ਨੂੰ ਹਾਰ ਦੇਖਦਿਆਂ ਬਖਲਾੜ ਦੱਸਿਆ ਔਰ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਬਾਈਕਾਟ ਦਾ ਐਲਾਨ ਕਰਨ ਦੇ ਨਾਲ-ਨਾਲ ਕਾਂਗਰਸ ਹਾਈ ਕਮਾਂਡ ਤੋਂ ਮੰਗ ਵੀ ਕੀਤੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਤੁਰੰਤ ਉਤਾਰਿਆ ਜਾਵੇ। ਕੈਮਰਾ ਪਰਸਨ ਉਤਾਰ ਸਿੰਘ ਦੇ ਨਾਮ ਰਿੰਦਰ ਸਿੰਘ ਮੌਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ